ਪਹੁੰਚ ਗਿਆ ਜੀ ਜੈਪੁਰ ਹੋਟਲ ਅਤੇ ਇੱਥੇ ਹੁਣ ਲੰਗਰ ਪ੍ਰਸ਼ਾਦਾ ਛਕਾਂਗੇ ਅਤੇ ਰਾਤ ਦਾ ਫਿਰ ਕੀਰਤਨ ਹੈ ਉੱਥੇ ਹਾਜ਼ਰੀ ਭਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਘੰਟਾ ਕਰੈਸਟ ਕੀਤੀ ਹੈ ਜੀ ਆ ਕੇ ਜੈਪੁਰ ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਕੀਰਤਨ 'ਤੇ, ਤਿਆਰ ਹਾਂ ਜੀ ਅਤੇ ਆਓ ਚੱਲਦੇ ਹਾਂ ਕੀਰਤਨ 'ਤੇ ਅਤੇ ਤੁਹਾਨੂੰ ਸਾਰੀਆਂ ਅਪਡੇਟਾਂ ਦਿੰਦੇ ਹਾਂ ਜੀ, ਕੀਰਤਨ ਸੁਣਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵੇਰ ਦਾ ਵੇਲਾ ਜੀ ਅਤੇ ਅਸੀਂ ਜਾ ਰਹੇ ਹਾਂ ਜੀ ਆਸਾ ਦੀਵਾਰ ਦੇ ਕੀਰਤਨ 'ਤੇ। ਜੈਪੁਰ ਆਏ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ, ਅਤੇ ਰਾਤ ਦਾ ਕੀਰਤਨ ਕਰਕੇ ਅਸੀਂ ਸਿੱਧਾ ਆਰਾਮ ਕਰਨ ਲੱਗ ਪਏ ਸੀਗੇ ਕਿਉਂਕਿ ਥਕਾਵਟ ਕਾਫੀ ਹੋਈ ਪਈ ਸੀਗੀ, 12 ਘੰਟੇ ਦਾ ਸਫ਼ਰ ਪਿੱਛੋਂ ਕਰਕੇ ਆਏ ਸੀ। ਸੋ ਰਾਤ ਫਿਰ ਰੈਸਟ ਕੀਤੀ, ਜ਼ਿਆਦਾ ਰੈਸਟ ਨਹੀਂ ਹੋਈ, 4-4.5 ਘੰਟੇ ਸੁੱਤੇ ਹੋਵਾਂਗੇ। ਸੋ ਹੁਣ ਅਸੀਂ ਜਾ ਰਹੇ ਹਾਂ ਜੀ ਆਸਾ ਦੀਵਾਰ ਦੇ ਕੀਰਤਨ 'ਤੇ, ਅਤੇ ਆਓ ਜੀ ਚੱਲੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲੀਏ ਜੀ, ਚਲੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਚੱਲੀਏ ਜੀ। ਬਸ ਵਧੀਆ ਜੀ, ਤੁਹਾਨੂੰ ਪੁੱਛਿਆ ਕਿ ਚੱਲੀਏ, ਮੈਂ ਤੁਹਾਨੂੰ ਇਹ ਵੀ ਕਹੀ ਨਾ, ਬਸ ਵਧੀਆ। ਪੁੱਛੀ ਪੁੱਛੋ, ਇਹਨੂੰ ਪਤਾ ਲੱਗਦਾ ਵੀ ਇੱਥੋਂ ਪਤਾ ਲੱਗਦਾ ਨੀਂਦ ਨੀਂਦ ਨਹੀਂ ਹੋਈ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆ ਕੇ ਪੂਰੀ ਕਰਾਉਂਦੇ ਨੀਂਦ। ਹਾਂਜੀ ਚੱਲੀਏ ਜੀ, ਮੈਂ ਕਿਹਾ ਹਾਂਜੀ ਵਧੀਆ ਜੀ, ਚੜ੍ਹਦੀ ਕਲਾ। ਅਮਰਜੀਤ ਭਾਈ ਕਿੱਥੇ ਹੈ? ਅਰੇ ਡਰਾਈਵਰ ਸਾਹਿਬ ਲੇਟ ਹੋਈ ਜਾਂਦੇ, ਅਸੀਂ ਤਿਆਰ ਹਾਂ। ਹਾਂਜੀ ਬਾਰਾ ਚੱਲੀਏ, ਆਓ ਜੀ। ਚਲੋ ਚਲੋ ਚਲੋ, ਚੱਲੀਏ ਭਾਜੀ। ਵਾਹ ਕਿਆ ਬਾਤ ਹੈ, ਮਾਰੇ ਬੜੀ ਸੋਹਣੀ ਦਸਤਾਰ, ਕਿੰਨੇ ਸਜਾਈ? ਰਣਜੀਤ ਭਾਈ, ਰਣਜੀਤ ਭਾਈ, ਮੈਂ ਕਿਹਾ ਪੱਗ ਕਿੰਨੇ ਸਜਾਈ, ਕਹਿੰਦਾ ਰਣਜੀਤ ਭਾਈ ਨੇ। ਇਹਨਾਂ ਨੇ ਨਾ ਗਲਤੀ ਨਾਲ ਰਣਜੀਤ ਇਹਨਾਂ ਦਾ ਨਾਮ ਨੋਟ ਕਰ ਲਿਆ, ਅਮਨਜੋਤ ਦਾ ਦਿਲ ਤੇ ਨੋਟ ਕੀਤਾ। ਜਿੰਨਾ ਮਰਜ਼ੀ ਰਣਜੀਤ ਨਾ ਕਹਿਣਾ, ਚਲੋ ਜੀ ਆਹੋ, ਬਾਕੀ ਉਹ ਯਾਦ ਹੀ ਹੋ ਗਿਆ ਇਹਨਾਂ ਨੂੰ ਰਣਜੀਤ। ਚਲੋ ਜੀ ਚੱਲਦੇ ਹਾਂ। ਕੋਨਫੀਡੈਂਸ ਨਾਲ ਕਹਿੰਦੇ, ਤੁਹਾਡਾ ਤੇ ਪਤਾ ਹੀ ਹੈ ਮੈਨੂੰ, ਕਹਿੰਦੇ ਤੁਹਾਡਾ ਨਾਂ ਰਣਜੀਤ ਹੈ। ਚਲੋ ਜੀ,
चलो जी निकल पाए हुए जी वापस होटल नू ते दोपहरे फिर हाजरी है 1:30 बजे दी। पहुँच गए जी वापस ते थोड़ा जा रेस्ट कर लिए थक गए ते सवेरे मिल सवेरे कह रहे हैं दोपहर का कीर्तन है फिर मिलते हैं जी। चले हैं जी कीर्तन ते फिर दोपहर दे आओ जी यार जी आओ जी आज आओ जी थोड़ी जी लेट है साँझ कितने थोड़े जी लेट हो गया ते मतलब लेट नहीं टाइम टू टाइम ही है पूरा पूरा टाइम है। सो जी आ गए हुए हैं जी कीर्तन तो असी चले हाँ जी हुण वापसी जलंधर हुण निकलांगे समां कितना हो गया मेरी घड़ी अज बंद हो गई 3:40 हो गए है जी शाम दे इतों दी निकलांगे तो आपां सवेरे या कह लो भी रात 2 बजे तक पहुँच जावांगे या 2 या 3 बजे तक चलिए जी आओ जी हाँ ना इतने काली स्क्रीन लगी हुई है ये ना मेरे टची का रंग बदल गया तो मैं भी दिख रहा है देखो ये रंग नहीं है मैरून कलर हो गया ना हाँ इतने वो रंग नजर आ रहा मैं क्या मेरा टची तो है ही नहीं है वो कहते नहीं नहीं भाजी थोड़ा ही है हाँ देखो हूँ बंद करी कर दे पलाव जी देखो कि बदलता रंग मैं क्या मेरा टची नहीं है बारिश हो गई भी बारिश हो गई नहीं पै गया मैं ਨਾ ਵੀਰੇ ਉਹ ਪਾਜੀ ਸ਼ੀਸ਼ਾ ਖੋਲ ਲਿਓ ਉਹ ਵੀਰੇ ਸਵਿਚ ਖਰਾਬ ਹੋ ਜਾਣਾ ਵਿੰਡੋ ਮੈਂ ਪਾਜੀ ਮੀਂਹ ਦਿਖਾਣਾ ਯਾਰ ਭਰਾਵਾ ਮੀਂਹ ਦਿਖਾਉਣ ਦੇ ਚੱਕਰ 'ਚ ਪਾਵਰ ਵਿੰਡੋ ਵਾਲਾ ਸਵਿਚ ਖਰਾਬ ਹੋ ਜਾਣਾ ਉਹ ਠੀਕ ਹੈ ਮੈਂ ਐਕਸਾਈਟਡ ਹੋ ਗਿਆ ਰਾਜਸਥਾਨ 'ਚ ਮੀਂਹ ਪੈ ਰਿਹਾ ਜੈਪੁਰ 'ਚ ਤੇ ਉਹ ਮੈਂ ਦਿਖਾਣ ਦਾ ਚੱਕਰ ਸੀ ਯਾਰ ਸਰਤਾਂ ਨੇ ਇਦਾਂ ਹੀ ਸਮਝ ਆਣਾ ਕਿ ਮੀਂਹ ਪੈ ਰਿਹਾ ਗਿੱਲੀ ਹੋ ਰਿਹਾ ਸ਼ੀਸ਼ੇ ਆਹ ਦੇਖੋ ਮੀਂਹ ਪੈ ਰਿਹਾ ਪੂਰੀ ਗਰਮੀ 'ਚ ਬਹੁਤ ਇੱਛੋ ਕਹਿ ਤੂੰ ਮੀਂਹ ਦਿਖਾਣ ਦਾ ਜ਼ਿਆਦਾ ਮੋਬਾਈਲ ਨਾ ਜਾ ਕੇ ਚੁੱਕ ਪੈ ਜਾਣੀ ਤੇਰੇ ਇੱਛੁੱਕ ਹੁਣ ਇੱਕ ਸੈਲਡ ਦੀ ਰੇੜੀ ਦੇਖੀ ਹੈ ਰੋ ਫੂਡ ਖਾਦਾ ਜਾਏਗਾ ਰੋ ਫੂਡ ਖਾਦਾ ਜਾਏਗਾ ਰੋ ਨਹੀਂ ਰੋ ਦੇਸੀ ਸਾਬੇ ਦੇਸੀ ਸਾਬੇ ਰੇੜੀ ਵਾਲਾ ਖਾਇਆ ਜਾਏਗਾ ਭਾਜੀ ਕਰੋ ਪਿੱਛੇ ਗੱਡੀ ਹਾਂ ਭਾਜੀ ਆ ਗਈ ਰੇੜੀ ਪਿੱਛੇ ਅੱਛਾ ਮੈਂ ਉਹ ਤੋਂ ਪਿੱਛੇ ਬਰਾਬਰ ਲਾ ਭਾਜੀ ਹੋਰ ਪਿੱਛੇ ਕਰੋ ਇਹ ਬਰਾਬਰ ਲਾਵਾਂ ਜਿਆਦਾ ਪਿੱਛੇ ਬਰਾਬਰ ਲਾਓ ਪਤਾ ਲੱਗੇ ਵੀ ਰੇੜੀ ਕਿੱਥੇ ਹੈ ਭਾਜੀ ਇਹ ਕੀ ਹੈ ਇਹ ਤਾਰ ਹੈ ਕਕੜੀ ਨਹੀਂ ਹੈ ਕਕੜੀ ਕਹਿ ਲੋ ਉਹ ਕਕੜੀ ਹੈ ਇਹ ਕਕੜੀ ਹੈ ਕਹਿ ਸਕਦੇ ਹੋ ਉਹ ਕਕੜੀ ਨਹੀਂ ਹੈ ਇਹ ਕੀ ਹੈ ਇਹ ਕੀ ਹੈ ਖੀਰਾ ਇਹ ਖੀਰਾ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਹਾਂ ਖੀਰਾ ਹੀ ਹੈ ਹਾਂ ਇਹਨੂੰ ਕਕੜੀ ਥੋੜੀ ਆਪਾਂ ਕਹਿ ਸਕਦੇ ਇਹ ਮੁੱਦਾ ਤੁਸੀਂ ਫੇਰ ਛੇੜ ਲਿਆ ਗਰਮ ਮੁੱਦਾ ਦੇਖਿਆ ਇਹਨੇ ਕਕੜੀ ਕਿਹਾ ਕਰਾਓ ਇਹਨੇ ਕਕੜੀ ਕਿਹਾ ਪਰ ਮੈਂ ਇਹਨੂੰ ਕਕੜੀ ਨਹੀਂ ਕਹਿੰਦਾ ਮੈਂ ਸਾਰੀ ਕਹਿੰਦਾ ਕਕੜੀ ਕਿਹਾ ਆ ਕੱਟ ਦੋ ਸਾਰਾ ਥੋੜਾ ਥੋੜਾ ਉਹ ਜਿਹੜੀ ਤੁਸੀਂ ਕਹਿੰਦੇ ਹੋ ਸੌਣ ਕਕੜੀ ਹੁੰਦੀ ਕਰਾਓ ਕਿੰਨਾ ਕਰਨਾ ਅੱਧਾ ਕਿਲੋ ਕਹਿੰਦਾ ਕਰ ਦੇਣਾ ਨਹੀਂ ਕੱਟ ਕੇ ਨਹੀਂ ਦੇਣਾ ਭਾਜੀ ਯਾਰ ਕੱਟ ਕੇ ਦੋਗੇ ਨਮਕ ਲਗਾ ਕੇ ਟਮਾਟਰ ਵੀ ਕੱਟ ਦੋ ਸਿਰਫ ਨਮਕ ਹੀ ਲਾਣਾ
मसाले वाली है लो जी ए सलाद ले लिया छक दे हुण ना इन्नू ढाबा होटल टाइप का ही है अच्छा खाने जाना चलो खादा जे होर कुछ किया ऑर्डर देखते हैं की वधिया कि नहीं कुछ लगी सी करके ब्रेक लगी थोड़ी जी रोड ही बड़ी बंद है बनी तो नवी हुई है पर जिदा विच मिट्टी रख के ने बंद की थी नहीं हजे कंस्ट्रक्शन चल रही है मैं भाजी एक और गल कहना है हां की कहना तू मैं कह जदों आपा इस रोड ते आ करिए तो गड्डी च आपा एक कई भी रख लिया करनी बंदा मिट्टी कटकट साइड ते करके लंघ ते जाया करूगा वाह वाह ओ देख बंदा कदी जिंदगी च ना भज्या नहीं जन्ना हुण भज रहा असि थोड़े कसूते फस गए जी हां जी हैगा रा वापस मुड़ांगे आपां ना मुड़ राह बनता कोई गल नहीं रस्ता गलत जे पै गए अगो रस्ता बंद है वो सिमरन अगे खड़ा गड्डी टपाउन लई हुण ट्रक फसिया पिया इत्थे कच्चे जे रस्ते तो उतरे हाँ जी तुहानूं शायद कुछ ना समझ आंदा होवे समझ सानूं भी कुछ नहीं आ रहा बस माड़ा मोटा जिहड़ा जिहड़ा रस्ता लभ रहा आपां उतर ही जांदे पए आ गलत रस्ते पै गए आ महाराज हुण आप ही कृपा करके कढ़ कढ़ लैण सो जी पौने बारह हो चुके हैं कुछ खा लईए भुख लगी बहुत ज़्यादा पिछले ढाबे ते असी ब्रेक लगाई सी पर वो ढाबा मच्छर बहुत सीगे सो असी कहा भी हुण अगे चलदे हाँ सो हुण असी इत्थे ब्रेक लगाई है जी मन्नत हवेली ते ते शायद इत्थे कुछ खाण नूं मिल जावे अच्छा मिल सकता है नवी नवी बनी है ना नवा नवा लग रहा है कुछ चलो देख दे कुछ वधिया खाणगे अच्छा आस हैगी मैं क्या चलो देख दे ये ना कहणगे बंद ही हाले लो जी कंबाइन है जी वाडियां शुरू हो गई हैं सो जी पहुंच गए हैं जी घर वापस जी ते 4:25 होए हैं जी थकावट हो गई है ते इत्थे ब्लॉग दी करदे हां समाप्ति जी ते इस टाइम गल भी नहीं आ रही क्योंकि सफर काफ़ी लंबा सी साडा ते मिलते हैं कोई नहीं अगले व्लॉग दे विच जल्दी आप सारिया संगतों का बहुत बहुत धन्यवाद है जिहड़ा तुसी प्यार करते हो ते सत्कार दिंदे हो ते इस तरह प्यार बना के रखियो असीसा बना के रखियो जी ते सारी जयपुर की संगतों का बहुत बहुत धन्यवाद है जिन्होंने प्यार दिता असीसा बख्शिश कीतियां जी अगले व्लॉग च मिलते हैं जी जल्दी वाहेगुरू जी का खालसा वाहेगुरू जी की फतेह